ਸਤਿ ਸ਼੍ਰੀ ਅਕਾਲ, ਮੈਂ ਜਸਵਿੰਦਰਪਾਲ ਚੰਨੀਸ਼ਾਨ ਪੰਜਾਬੀ ਤੁਹਾਡਾ ਸਵਾਗਤ ਹੈ ਅਤੇ ਗੱਲ ਕਰਦੇ ਹਾਂ। ਫਰੀਦਕੋਟ ਪੁਲਿਸ ਦਾ ਦਾਅਵਾ ਕੀਤਾ ਕਿ ਉਹਨਾਂ ਦੀ ਜਿਹੜਾ ਫਾਈਨੈਂਸਰ ਦੀ ਕਤਲ ਦਾ ਮਾਮਲਾ ਸੁਲਝਾ ਰਿਹਾ। ਇਹ ਦਾਅਵਾ ਪੁਲਿਸ ਦਾ, ਤੁਹਾਨੂੰ ਦੱਸ ਦਈਏ ਕਿ ਪਿਛਲੇ ਦਿਨੀ ਫਾਈਨੈਂਸਰ ਦੀ ਲਾਸ਼ ਹੈ ਜਿਹੜੀ ਉਹ ਮਿਲੀ ਸੀ ਨਹਿਰ ਵਿੱਚ ਡੁੱਬ ਕੇ, ਅਤੇ ਉਹਦਾ ਮੋਟਰਸਾਈਕਲ ਵੀ ਜਿਵੇਂ ਮਿਲਿਆ ਸੀ, ਅਤੇ ਉਸ ਤੋਂ ਬਾਅਦ ਪੁਲਿਸ ਨੇ ਇਸ ਨੂੰ ਕਤਲ ਦਾ ਮਾਮਲਾ ਸਮਝਦੇ ਹੋਏ ਕਾਰਵਾਈ ਸ਼ੁਰੂ ਕਰਤੀ ਸੀ। 24 ਘੰਟਿਆਂ ਦੇ ਅੰਦਰ ਅੰਦਰ ਇਸ ਮਾਮਲੇ ਨੂੰ ਸੁਲਝਾਉਣ ਦਾ ਦਾਅਵਾ ਕੀਤਾ। ਤੁਹਾਨੂੰ ਦੱਸ ਦਿੰਦੇ ਹਾਂ, ਦੋ ਆਰੋਪੀ ਗ੍ਰਿਫਤਾਰ ਕੀਤੇ ਗਏ ਨੇ। ਪੁਲਿਸ ਦਾ ਦਾਅਵਾ ਇਹ ਹੈ ਕਿ ਜਿਹੜਾ ਕਿ ਇਹ ਨੌਜਵਾਨ ਫਾਈਨੈਂਸਰ ਮਾਰਿਆ ਗਿਆ ਸੀਗਾ, ਉਹਦੇ ਪਿੱਛੇ ਲੈਣ ਦੇਣ ਦਾ ਚੱਕਰ ਸੀਗਾ, ਅਤੇ ਇਹ ਤੁਹਾਨੂੰ ਦੱਸ ਦਿੰਦੇ ਉਸੇ ਜਿਹੜੇ ਹੱਤਿਆ ਦੇ ਆਰੋਪ ਵਿੱਚ ਦੋ ਆਰੋਪੀਆਂ ਨੂੰ ਕਾਬੂ ਕਰ ਲਿਆ ਗਿਆ। ਮੇਰਾ ਨਾਂ ਜੀ ਗੁਰਮੇਲ ਸਿੰਘ ਹੈ। ਇਹ ਲੜਕਾ ਜਿਹੜਾ ਸੁਖਵੀਰ ਹੈ, ਇਹ ਸਾਡਾ ਭਤੀਜਾ ਲੱਗਦਾ ਜੀ। ਇਹ ਛੋਟਾ ਮੋਟਾ ਜਿਹੜਾ ਫਾਈਨੈਂਸ ਦਾ ਕੰਮ ਕਰਦਾ ਸੀ, ਨਿੱਕਾ ਮੋਟਾ, ਵੀ ਬਾਹਲਾ ਵੱਡਾ ਹਾਈ ਲੈਵਲ 'ਤੇ ਨਹੀਂ ਸੀਗਾ। ਉਹ ਘਰੋਂ ਇਹ 3 ਵਜੇ ਦੇ ਕਰੀਬ ਗਿਆ ਹੈ ਵੀ ਮੈਂ ਪੇਮੈਂਟ ਫੜਨ ਚੱਲਿਆ, ਪਰ ਇਹ ਨਹੀਂ ਦੱਸ ਕੇ ਗਿਆ ਸੀ ਮੈਂ ਕੋਰਟ 'ਤੇ ਚੱਲਿਆ ਜੀ। ਗਾਂ ਇਹ ਫਰੀਦਕੋਟ ਕਿਵੇਂ ਪਹੁੰਚਿਆ, ਕੌਣ ਇਹਦੇ ਨਾਲ ਸੀਗੇ, ਇਹਦੇ ਬਾਰੇ ਸਾਡੇ ਕੋਲ ਕੋਈ ਨੌਲੇਜ ਨਹੀਂ ਹੈ। ਮੋਬਾਈਲ ਜਿਹੜਾ ਸੀਗਾ ਇਸ ਲੜਕੇ ਦਾ, ਵੀ ਮੋਬਾਈਲ ਬਰਾਮਦ ਹੋ ਚੁੱਕਿਆ ਪੁਲਿਸ ਕੋਲ, ਉਹ ਵੈਰੀਫਿਕੇਸ਼ਨ ਕਰ ਰਹੇ ਹੈ, ਕਾਲ ਡਿਟੇਲਾਂ ਕੱਢ ਰਹੇ ਆ ਉਹਦੇ 'ਚੋਂ, ਅਤੇ ਉਸ ਤੋਂ ਬਾਅਦ ਫਿਰ ਪੁਲਿਸ ਦੱਸਦੀ ਹੈ ਵੀ ਕੀ ਬਣਦਾ ਕੀ ਨਹੀਂ ਬਣਦਾ। ਉਮਰ ਦੀ 30 ਸਾਲ ਸੀਗੀ ਇਹਦੀ, ਅਜੇ ਜਸਟ 1.5 ਮਹੀਨਾ ਹੀ ਹੋਇਆ ਇਹਦੀ ਮੈਰਿਜ ਹੋਈ। ਇਹ ਜਿਹੜੀ ਹੈਗੀ ਹੈ ਫਰੀਦਕੋਟ ਵਾਲੀਆਂ ਨਹਿਰਾਂ ਜੀ, ਜਿਹੜਾ ਤਲਵੰਡੀ ਰੋਡ ਹੈ ਇਹ ਕ੍ਰੋਸ ਕਰਕੇ ਪਰੇ ਮੋਰਾਂ ਵਾਲੀ ਸਾਈਡ ਨੂੰ ਜਿਹੜੀ ਨਹਿਰਾਂ ਜਾਂਦੀਆਂ, ਉੱਧਰਲੇ ਪਾਸਿਓਂ ਜੀ ਇਹ ਸਾਨੂੰ ਮੋਟਰਸਾਈਕਲ ਬਰਾਮਦ ਹੋਇਆ। ਮੋਟਰਸਾਈਕਲ ਜਿਹੜੀ ਪੁਲਿਸ ਨੂੰ ਇਨਫੋਰਮੇਸ਼ਨ ਮਿਲੀ ਸੀਗੀ ਵੀ ਉੱਥੇ ਮੋਟਰਸਾਈਕਲ ਲਾਵਾਰਸ ਖੜਾ ਹੈ, ਉਹਨਾਂ ਨੇ ਜਦੋਂ ਵਿੱਚੋਂ ਮਤਲਬ ਕੱਢੀ ਉਹਦੀ ਡਿਟੇਲ ਭਰ ਕੇ ਮੋਟਰਸਾਈਕਲ ਦੀ, ਅਤੇ ਉਹ ਕੋਠੇ ਵੜਗਾਂ ਦਾ ਪਟੀਸ਼ਨ ਮਿਲੀ ਉਹਦੀ, ਅਤੇ ਫਿਰ ਉਹਨਾਂ ਨੇ ਮਤਲਬ ਇੱਥੇ ਸਾਡੇ ਪਰਮਜੀਤ SI ਹੈ ਉਹਨਾਂ ਨੂੰ ਫੋਨ ਕਰਕੇ ਪੁੱਛ ਇਨਫੋਰਮੇਸ਼ਨ ਦਿੱਤੀ, ਅਤੇ ਫਿਰ ਅਸੀਂ ਉੱਥੋਂ ਜਾ ਕੇ ਲੋਕੇਸ਼ਨ 'ਤੇ ਪਹੁੰਚੇ ਹਾਂ। ਉੱਥੇ ਜਿਹੜੀ ਇਹਦੀ ਮਤਲਬ ਕੀ ਆ ਬਲੱਡ ਕਾਫੀ ਮਤਲਬ ਉੱਥੇ ਡੁੱਲਿਆ ਹੋਇਆ ਸੀਗਾ, ਅਤੇ ਸੱਟੇ ਦੇ ਮਤਲਬ ਇਹਦੀ ਧੌਣ ਦੇ ਵਿੱਚ ਕੱਟ ਲੱਗਿਆ ਹੋਇਆ, ਕਾਫੀ ਡੂੰਘਾ ਕੱਟ ਲੱਗਿਆ ਹੋਇਆ ਜੀ। ਵੱਡੀ ਮਤਲਬ ਭਾਰੀ ਚੀਜ਼ ਦੇ ਨਾਲ ਹੀ ਹੋਇਆ ਹੋਇਆ, ਵੀ ਮਾੜਾ ਮੋਟਾ ਨਿਸ਼ਾਨ ਨਹੀਂ ਹੈ, ਆਪਾਂ ਮਾੜਾ ਮੋਟਾ ਕਹਿ ਦਈਏ, ਵੀ ਛੋਟਾ ਨਿਸ਼ਾਨ ਆ, ਛੋਟਾ ਨਹੀਂ ਹੈ ਜੀ। ਪੈਸੇ ਹੋਣਗੇ ਉਹਦੇ ਕੋਲ, ਤਾਂ ਹੀ ਇਹ ਹੋਇਆ ਕੰਮ। ਵੈਰੀਫਿਕੇਸ਼ਨ ਚੱਲ ਰਹੀ ਹੈ ਜੀ, ਦੇਖਦੇ ਹਾਂ ਕੀ ਦੱਸਦੀ ਹੈ ਪੁਲਿਸ। ਅੱਜ ਸ਼ਾਮ ਤੀਕਰ ਦਾ ਟਾਈਮ ਉਹਨਾਂ ਨੇ ਲਿਆ ਸਾਡੇ ਕੋਲੋਂ, ਸ਼ਾਮ ਤੀਕਰ ਤੁਹਾਨੂੰ ਸਾਰੀਆਂ ਡਿਟੇਲਾਂ ਸੀ ਵੈਰੀਫਾਈ ਕਰਕੇ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਕਰ ਦੇਵਾਂਗੇ ਅਸੀਂ। ਕੱਲ੍ਹ ਥਾਣਾ ਸਿਟੀ ਫਰੀਦਕੋਟ ਦੇ ਵਿੱਚ ਇਹ ਮੈਟਰ ਰਿਪੋਰਟ ਹੋਇਆ ਕਿ ਕੁਝ ਨਾਮਲੂਮ ਵਿਅਕਤੀਆਂ ਨੇ ਇੱਕ ਨੌਜਵਾਨ ਜਿਹੜਾ ਕੋਠੇ ਵੜਿੰਗ ਥਾਣਾ ਕੋਟਕਪੂਰਾ ਦਾ ਰਹਿਣ ਵਾਲਾ, ਉਹਨੂੰ ਕਤਲ ਕਰਕੇ ਉਹਦੀ ਲਾਸ਼ ਜਿਹੜੀ ਆ ਉਹ ਨਹਿਰਾਂ ਦੇ ਵਿੱਚ ਫਰੀਦਕੋਟ ਦੇ ਕੋਲ ਸੁੱਟ ਦਿੱਤੀ ਹੈਗੀ ਆ। ਇਸ ਦੇ ਉੱਪਰ ਬਾਕਾਇਦਗੀ ਦੇ ਨਾਲ ਸਿਟੀ ਫਰੀਦਕੋਟ ਪੁਲਿਸ ਵੱਲੋਂ ਮੁਕੱਦਮਾ ਦਰਜ ਕੀਤਾ ਗਿਆ, ਔਰ ਪਹਿਲੇ ਹੀ 8-10 ਘੰਟਿਆਂ ਦੇ ਵਿੱਚ ਉਹਨਾਂ ਦੋਸ਼ੀਆਂ ਦਾ ਪਤਾ ਲਾ ਲਿਆ ਗਿਆ ਜਿਨ੍ਹਾਂ ਨੇ ਇਹ ਵਾਕਿਆ ਅੰਜਾਮ ਦਿੱਤਾ ਸੀਗਾ। ਔਰ ਇੱਕ ਬੜੀ ਟੀਮ ਵਰਕ ਦੇ ਤੌਰ 'ਤੇ ਕੰਮ ਕਰਦੇ ਹੋਏ ਮੇਰੇ DSP ਸਾਹਿਬ ਫਰੀਦਕੋਟ ਨੇ, ਉਹਨਾਂ ਦੀ ਟੀਮ, ਮੇਰੇ DSP D ਸਾਹਿਬ ਨੇ, ਉਹਨਾਂ ਦੀ ਟੀਮ ਨੇ, ਦੋਨੋਂ ਦੋਸ਼ੀ ਜਿਹੜੇ ਇਸ ਮਾਮਲੇ ਵਿੱਚ ਲੋੜੀਦੇ ਸੀਗੇ ਉਹਨਾਂ ਨੂੰ ਗ੍ਰਿਫਤਾਰ ਵੀ ਕਰ ਲਿਆ ਹੈਗਾ। ਔਰ ਜਿਹੜੇ ਦੋਨੋਂ ਦੋਸ਼ੀ ਨੇ ਉਹਨਾਂ ਦੇ ਨਾਂ ਜਗਜੀਤ ਸਿੰਘ ਜੱਗਾ ਵਾਸੀ ਕੁਹਾਰ ਅਤੇ ਗੁਰਜੀਤ ਗੋਗੀ ਵਾਸੀ ਕੋਟਕਪੂਰਾ ਨੇ। ਇਹ ਇੱਕ ਬੜਾ ਸ਼ਲਾਘਾਯੋਗ ਕਦਮ ਇਹਨਾਂ ਦਾ, ਔਰ ਇੱਕ ਬੜਾ ਟੀਮ ਵਰਕ ਦਾ ਅੱਛਾ ਪੁਲਿਸ ਦਾ ਨਮੂਨਾ ਹੈ। ਇਹ ਜਿਹੜਾ ਮ੍ਰਿਤਕ ਹੈਗਾ ਇਹ ਛੋਟੀ ਮੋਟੀ ਫਾਈਨੈਂਸ ਦਾ ਕੰਮ ਕਰਦਾ ਸੀਗਾ, ਲੋਕਾਂ ਨੂੰ ਪੈਸੇ ਔਨ ਇੰਟਰਸਟ ਦਿੰਦਾ ਸੀਗਾ, ਔਰ ਇਹ ਵੀ ਇਹਨਾਂ ਨੂੰ ਪੈਸੇ ਦਿੱਤੇ ਹੋਏ ਸੀਗੇ, ਅਤੇ ਹੁਣ ਉਹ ਵਿਆਜ ਪਾ ਕੇ ਕਾਫੀ ਵੱਧ ਗਏ ਸੀਗੇ। ਸੋ ਇਹ ਉਹਨਾਂ ਕੋਲ ਪੈਸੇ ਮੰਗਦਾ ਸੀਗਾ, ਅਤੇ ਉਹਨਾਂ ਨੇ ਇਹਨੂੰ ਇੱਥੇ ਬੁਲਾ ਕੇ ਉਹਦੇ ਇਲਾਕੇ ਤੋਂ ਦੂਰ ਇਹਨੂੰ ਲੜਾਈ ਦੌਰਾਨ ਜਿਹੜਾ ਹੈਗਾ ਉਹ ਕਤਲ ਕਰ। ਉਹ ਪਾਰਟ ਆਫ ਇਨਵੈਸਟੀਗੇਸ਼ਨ ਹੈਗਾ, ਅਸੀਂ ਦੋਸ਼ੀ ਗ੍ਰਿਫਤਾਰ ਕਰ ਲਿਆ, ਪੇਸ਼ ਅਦਾਲਤ ਕਰਾਂਗੇ, ਰਿਮਾਂਡ ਲਵਾਂਗੇ, ਉਹ ਇਟਸ ਪਾਰਟ ਆਫ ਇਨਵੈਸਟੀਗੇਸ਼ਨ। ਸਰ, ਅਸੀਂ ਉਹਨਾਂ ਦੇ ਪਰਿਵਾਰ ਨਾਲ ਗੱਲ ਕੀਤੀ ਹੈ ਵੀ ਜਦੋਂ ਉਸੀ ਮੌਤ ਹੋਈ ਉਸ ਟਾਈਮ ਉਹਦੇ ਕੋਲ ਕੈਸ਼ ਵੀ ਸੀਗਾ। ਜੋ ਮੁੱਢਲੇ ਤੌਰ 'ਤੇ ਹਲੇ ਇਹ ਗੱਲ ਸਾਹਮਣੇ ਨਹੀਂ ਆਈ, ਜੋ ਵੀ ਪਰਿਵਾਰ ਦੱਸੂਗਾ ਉਹਦੇ ਅਕੋਰਡਿੰਗਲੀ ਹੀ ਇਨਵੈਸਟੀਗੇਸ਼ਨ ਅੱਗੇ ਚੱਲੇਗੀ।